ਮੈਨੂੰ ਦੱਸੋ ਵੀ ਕੋਈ ਸਬਜ਼ੀ ਸਬਜ਼ੀ ਲਿਆਉਣ ਵਾਲੀ ਹੈ ਤੇ ਮੈਂ ਬਾਜ਼ਾਰ ਨੂੰ ਚੱਲਿਆ ਲੈ ਆਵਾਂ ਜਾ ਕੇ। ਹਾਂ ਸਬਜ਼ੀ ਰਹਿਣ ਦੇ, ਸਵੇਰੇ ਦਾਲ ਬਣਾ ਲਾਂਗੇ। ਆਹ ਸਬਜ਼ੀ ਕੜਾਈ 'ਚ ਹੈਗੀ ਆ, ਸਬਜੂਗਾ ਹੀ ਨਾ ਜਾਣਾ ਵਾ ਰਾਤ ਨੂੰ। ਅੱਛਾ ਪਹਿਲਾਂ ਮੈਨੂੰ ਅੰਤਰਿਆ ਦੱਸ ਕਿ ਉਹਨੇ ਫੋਨ ਕੀਤਾ ਕਿ ਤੂੰ ਕੀਤਾ ਸੀ ਉਹ? ਮੰਮੀ ਮੈਂ ਨਹੀਂ ਕੀਤਾ ਕੁੱਤਾ, ਇਹਨੇ ਹੀ ਫੋਨ ਕੀਤਾ ਸੀਗਾ ਵੀ ਮੈਂ ਘਰੋਂ ਬਾਹਰ ਆ ਜਾਂਦੀ ਹਾਂ, ਚਾਚੀ ਕੇ ਘਰ ਦਾ ਬਹਾਨਾ ਮਾਰ ਕੇ ਮੈਨੂੰ ਬਿਠਾ ਕੇ ਲੈ ਜਾਓ। ਤੇ ਹੁਣ ਆਪਣੇ ਮਾਂ ਪਿਓ ਨੂੰ ਦੱਸ ਕੇ ਨਹੀਂ ਆਈ? ਕਿਸੇ ਨੂੰ ਦੱਸ ਕੇ ਆਈ? ਉਦਾਂ ਹੀ ਆ ਗਈ ਆ। ਨਹੀਂ ਪਤਾ ਕਿਹਨੂੰ ਵੀ ਨਹੀਂ, ਜਿੱਦਾਂ ਅਸੀਂ ਜਿੱਦਾਂ ਮਾਂ ਨਾਲ ਲੈਣ ਗਏ ਹਾਂ ਉਦਾਂ ਤੇ ਉਹਨਾਂ ਭਲਾਇਆ ਨੀ, ਤੇ ਹੁਣ ਇਸ ਤਰ੍ਹਾਂ ਆ ਗਈ ਆ। ਤੇ ਹੁਣ ਉਹਦੇ ਭਰਾ ਨੂੰ ਤੇ ਉਹਦੀ ਮਾਂ ਨੂੰ ਫੋਨ ਕਰਦੇ ਨਾ, ਕਿਤੇ ਬੰਦੇ ਬੁੰਦੇ ਇਕੱਠੇ ਕਰਕੇ ਤੇ ਇੱਥੇ ਲੈ ਆਵੇ, ਤੇ ਮੁੜਕੇ ਕੁੱਟ ਕਟਾਪਾ ਹੋਵੇ ਤੇ ਮੁੜਕੇ ਸਾਰੇ ਜਾਣੇ ਕਸੂਰ ਸਾਡਾ ਕਰਨ। ਬੰਦੇ ਸਾਨੂੰ ਕੀ ਕਰਨਗੇ, ਸਾਡਾ ਕੀ ਕਸੂਰ ਆ? ਗਈ ਤੇ ਆ ਭਾਈ, ਉਹਨੇ ਥੋੜੀ ਦੱਸਣਾ ਵੀ ਮੈਨੂੰ ਸਾਬੀ ਲੈ ਕੇ ਗਿਆ। ਇਹ ਨਹੀਂ, ਕੁੜੀ ਸੱਚੀ ਹੋ ਜਾਂਦੀ ਹੁੰਦੀ ਆ, ਅਗਲੇ ਨੇ ਬਿਆਨ ਦੇ ਦੇਣੇ ਆਪਣੇ ਵੱਲ ਦੇ ਉਧਰ ਦੇ, ਤੇ ਹਾਂ ਆਪਾਂ ਰਹਿ ਗਏ ਉਸ ਤਰ੍ਹਾਂ ਹੀ, ਤੇ ਫੇਰ ਮੁੜਕੇ ਡਾਂਗੂ ਡਾਂਗੀ ਹੋਵਾਂਗੇ ਤੇ ਅੱਗੇ ਤਾਂ ਤੂੰ ਉਦਾਂ ਦਾ ਹੈਗਾ। ਮੰਮੀ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ, ਨਹੀਂ ਹੋਣਾ ਉਹਨੇ। ਵੇ ਮੈਨੂੰ ਬੜੀ ਟੈਨਸ਼ਨ ਹੀ, ਮਤਲਬ ਡਰਾਉਣ ਡਿਆ ਵਾ, ਮੈਂ ਤਾਂ ਕੱਲੀ ਵੀ ਸੋਚਣ ਡਈ ਕਿ ਇਹ ਬਣਿਆ ਕੀ ਆ। ਜਿੱਦਣ ਆਪਾਂ ਲੈਣ ਗਏ ਉਦੋਂ ਤੇ ਆਈ ਨਾ, ਤੇ ਨਾ ਉਹਨਾਂ ਅੰਤਰਿਆਂ ਨੇ ਘਲਾਈ। ਹੁਣ ਫੇਰ ਆਪੇ ਹੀ ਆ ਗਈ ਨਾ, ਅਗਲੀ ਦਾ ਦਿਲ ਹੀ ਨਹੀਂ ਉੱਥੇ ਲੱਗਾ। ਪਰ ਦਿਲ ਉਹਦਾ ਨਹੀਂ ਲੱਗਾ, ਉਹਨਾਂ ਨੇ ਆਪਣੀ ਕੋਸ਼ਿਸ਼ ਪੂਰੀ ਕੀਤੀ ਆ ਨਾ ਨਾ ਭਲਾਉਣ ਦੀ। ਉਹਨਾਂ ਦੀ ਜੇ ਚਾਹੁੰਦੀ ਨਾ ਉੱਥੇ ਵੀ ਰਹਿ ਸਕਦੀ ਹੈ। ਅਗਲੀ ਆ ਗਈ ਆ, ਹੁਣ ਨਾ ਮਜਬੂਰ ਕਰੀਏ ਵੀ ਤੂੰ ਉੱਥੇ ਫੋਨ ਲਾ, ਤੂੰ ਇੱਧਰ ਫੋਨ ਲਾ, ਆਪੇ ਉਹਨਾਂ ਨੂੰ ਜਦੋਂ ਨਾ ਲੱਭੀ ਤੇ ਫੋਨ ਇੱਥੇ ਹੀ ਲਾਉਣਾ। ਇਹ ਮਜਬੂਰ ਤੇ ਕਰਨਾ ਪੈਣਾ ਵਾ, ਜਾਨ ਖਤਿਆ ਆ ਫੋਨ ਕਰਦੇ ਤੇ ਸੁੱਖ ਆ ਗਈ ਇੱਥੇ। ਅੱਛਾ ਮੈਂ ਖਾਵਾਂ ਗਾਲਾਂ? ਗਾਲਾਂ ਖਾ ਫਿਰ ਉਹਦੇ ਕੋ ਸੁੱਖ ਕੋ ਕਰਾ। ਉਹਨੂੰ ਕਹਿ ਕਿ ਜਾ ਆਪਣੇ ਭਰਾ ਨੂੰ ਫੋਨ ਕਰਦੇ ਤੇ ਜਾਂ ਮਾਂ ਨੂੰ ਫੋਨ ਕਰ ਕਿ ਮੈਂ ਆ ਗਈ ਆ। ਮੈਂ ਭਰਾ ਨੂੰ ਤੇ ਮਾਂ ਨੂੰ ਨਹੀਂ ਕਹਿਣਾ, ਮੈਂ ਕਹਿਣਾ ਆਪਣੇ ਭਰਾ ਨੂੰ, ਉਹਨੂੰ ਭਾਬੀ ਨੂੰ ਫੋਨ ਕਰ, ਵੱਡੀ ਨੂੰ। ਤੇ ਭਾਬੀ ਨੇ ਹੋ ਵਿੱਚ ਲੂਤੀਆਂ ਲਾਉਣੀਆਂ ਈ, ਸਿੱਧਾ ਰਣਬੀਰ ਨੂੰ ਫੋਨ ਲਾ ਲੈ, ਉਹਨੇ ਹੋਰ ਹਿਸਾਬ ਦੀ ਗੱਲ ਕਰਨੀ ਆ। ਤੇ ਮਾਂ ਵੀ ਉਦਾਂ ਦੀ ਹੈਗੀ ਆ, ਮਾਂ ਨੇ ਵੀ ਕਹਿਣਾ ਕਿ ਆਪ ਕੀ ਕੀਤਾ ਕਿ ਉਹਨਾਂ ਨੇ ਜਾ ਕੀਤਾ ਏਦਾਂ। ਮੈਂ ਕਰਦਾ ਹਾਂ ਫਿਰ। ਮੰਮੀ ਹੁਣ ਤੇ ਸੁੱਖ ਉਧਰ ਗਈ ਆ, ਜੋ ਉਹਦੇ ਸਾਹਮਣੇ ਗੱਲ ਕਰੀਏ ਉਹ ਤੇ ਗੁੱਸਾ ਕਰਦੀ ਆ। ਹਾਂ ਹੁਣ ਜਿੱਦਾਂ ਰੱਖੜੀ ਆਉਣ ਵਾਲੀ ਆ, ਮੈਂ ਕਹਿੰਦੀ ਵਧੀਆ ਕੱਪੜੇ ਬਣਾ ਲਈਏ, ਨਾਲੇ ਸੁੱਖ ਦੇ ਤੇ ਨਾਲੇ ਭਾਜੀ ਦੇ, ਨਾਲੇ ਦੀ ਸੱਸ ਦਾ ਵੀ ਸੂਟ ਬਣਾ ਲਿਆਵਾਂਗੇ, ਨਾਲ ਖੜੀ ਨੂੰ ਬਣਾ ਲੈਵਾਂਗੇ, ਜਿੱਦਾਂ ਦੇ ਕਹੂਗੇ ਉਦੋਂ ਦੇ ਬਣਾ ਲਾਂਗੇ। ਉਹ ਤੋਂ ਵੀ ਤੇਰੀ ਗੱਲ ਠੀਕ ਆ, ਪਰ ਮੈਂ ਹੋਰ ਸੋਚਦੀ। ਤੁਸੀਂ ਕੀ ਸੋਚੋ? ਮੈਂ ਨਹੀਂ, ਮੈਂ ਕੱਪੜੇ ਤੇ ਅੱਗੇ ਹੀ ਵਧੀਆ ਲੈਂਦੀ ਆ, ਤੇ ਕਿੰਨੇ ਕੱਪੜੇ ਨੂੰ ਦਈਦੇ ਆ, ਮੈਂ ਨਹੀਂ ਇੱਕ ਵਾਰੀ ਪੈਰੀ ਕਰੀਏ। ਪੈਰੀ ਕੀ ਕਰਨਾ ਮੰਮੀ? ਵੇਖਾਂ, ਮੈਨੂੰ ਨਹੀਂ ਲੱਗਦਾ ਵੀ ਇਹ ਕੁੜੀ ਪੈਰਾਂ ਤੇ ਆਊਗੀ, ਇਹਨੂੰ ਕੋਈ ਲੱਖ ਦੋ ਲੱਖ ਲਾ ਕੇ ਨਾ ਦੋ ਢਾਈ ਲੱਖ ਦੇ ਇਹਨੂੰ ਦੁਕਾਨ ਵੇਚ ਕੇ ਦਈਏ। ਕੀ ਫਾਇਦਾ ਮੰਮੀ ਦੁਕਾਨ ਪਾ ਕੇ ਦੇਣ ਦਾ, ਅੱਗੇ ਕਿੰਨੀ ਵਾਰੀ ਪੈਸੇ ਖੜਿਆ ਗਿਆ, ਆਹ ਕੰਮ ਚਲਾਉਣਾ ਆਹ ਚਲਾਉਣਾ, ਕਰਦੇ ਕੱਤਰ ਦੇ ਕੋਈ ਨਹੀਂ, ਆਪ ਹੀ ਕਿਤੇ ਬਹਿ ਜਾਂਦੇ। ਮੈਂ ਨਹੀਂ, ਆਪ ਲੈ ਕੇ ਦਈਏ, ਆਪ ਸੌਦਾ ਪਾ ਕੇ ਦਈਏ, ਇਹਦੀ ਕਾਤ ਨਹੀਂ ਹੈਗੀ ਏਦਾਂ ਤਾਂ ਉੱਥੇ ਬਹਿਣ ਦੁਕਾਨ। ਮੰਮੀ ਏਦਾਂ ਕਿੱਡੀ ਛੇਤੀ ਯਕੀਨ ਕਰ ਲਈਏ ਹੈ, ਦੁਕਾਨ ਪਾ ਦਾਂਗੇ, ਸਾਰਾ ਸੌਦਾ ਪੱਤਾ ਵੀ ਪਾ ਦਾਂਗੇ, ਜਾਂ ਇਹਦੇ ਕੋਲ ਪਾਈ ਪਾਈ ਦੁਕਾਨ ਵੀ ਨਾ ਚੱਲੂਗੀ ਤੇ ਫਿਰ ਕੀ ਕਰੂਗੇ? ਇਹ ਤਾਂ ਤੇਰੀ ਗੱਲ ਵੀ ਠੀਕ ਆ ਪੁੱਤ। ਹਜੇ ਤੁਸੀਂ ਚੁੱਪ ਕਰਕੇ ਠੰਡੇ ਹੋਏ ਰਹੋ, ਸਾਲ ਦੋ ਸਾਲ ਵੇਖੋ, ਜ਼ਿਆਦਾ ਨਹੀਂ ਤਾਂ 6 ਮਹੀਨੇ ਤਾਂ ਵੇਖੋ। ਸੁੱਖ ਹਾਂਜੀ, ਇਦਾਂ ਕਰ ਫੋਨ ਲਾ ਹਾਂ ਉੱਥੇ ਆਪਣੇ ਪਿੰਡ। ਕਿਹੜੀ ਗੱਲ ਲਾਵਾਂ ਮੈਂ? ਵੀਰ ਨੂੰ ਲਾ ਦੇ ਜਾਂ ਭਾਬੀ ਨੂੰ ਲਾ ਦੇ, ਦੱਸ ਦੇ ਯਾਰ ਅਗਲੇ ਲੱਭਣਗੇ। ਉਹਨਾਂ ਨੇ ਮੈਨੂੰ ਕੋਈ ਲੱਭਣ ਨਾਲ ਮੈਂ ਦੱਸਿਆ ਕਿ ਮੈਂ ਚਾਚੇ ਘਰ ਜੰਨੀ ਆ। ਉਹ ਤੂੰ ਚਾਚੇ ਘਰ ਚੱਲੀ ਦੱਸਿਆ, ਇਹ ਥੋੜੀ ਦੱਸਿਆ ਵੀ ਮੈਂ ਇੱਥੇ ਆ ਗਈ ਆ। ਚਾਚੇ ਘਰ ਵਾਲਿਆਂ ਨੂੰ ਨਾ ਲੱਭੀ ਤਾਂ ਉਹਨਾਂ ਲੱਭਣੀ ਆ ਕਿਤੇ ਨਾ ਕਿਤੇ, ਟੈਨਸ਼ਨ ਲੈਣਗੇ, ਫਿਰ ਆਪੇ ਪਤਾ ਲੱਗ ਹੀ ਜਾਣਾ ਉਹਨਾਂ ਨੂੰ ਬਾਅਦ ਚ। ਨਿਰੀ ਲੜਾਈ ਉਹ ਬਾਅਦ ਚ ਆ ਪਤਾ ਲੱਗਾ ਵੀ ਇੱਥੇ ਆ ਗਈ। ਤੇ ਫਿਰ ਕੀ, ਮੈਂ ਬਗਾਨੇ ਥਾਂ ਆਈ ਆ, ਜਦ ਕਿਸੇ ਉੱਪਰ ਦੇ ਘਰ ਗਈ ਹਾਂ ਫਿਰ ਤੇ ਮੈਨੂੰ ਗੁੱਸੇ ਹੋਣ ਦੇ, ਲੜਦੇ ਵੀ ਚੰਗੇ ਦੇ ਤੇ ਆ ਦੇ ਰਿਆ। ਪਤਾ ਕੀ ਕਹਿਣਾ ਮੰਮੀ ਤੇਰੀ ਨੇ ਵੀ ਪਖੰਡ ਬਣਾਇਆ ਇਹਨੇ, ਮੂੰਹ ਚੁੱਕਦੀ ਲੜ ਕੇ ਇੱਥੇ ਆ ਜਾਂਦੀ ਆਪਣੀ ਮਰਜ਼ੀ ਨਾਲ, ਉੱਥੇ ਚੜ ਗਈ, ਸਾਰਾ ਕੁਝ ਤੇਰੇ ਸਿਰ ਹੀ ਆਉਣਾ। ਪਰ ਕੋਈ ਨਹੀਂ, ਫਿਰ ਮੈਂ ਇੱਦਾਂ ਕਰਦੀ ਹਾਂ,
ਮੰਮੀ ਨੂੰ ਤਾਂ ਨੀ ਫੋਨ ਲਾਉਣਾ, ਮੰਮੀ ਮੇਰੇ ਦਿਵਾਲੀ ਪਤਾ ਨੀ ਉੱਥੇ ਬਿਆਨੀ ਬਾਨੀ ਹੋਈ ਰਹਿੰਦੀ ਹੁੰਦੀ ਸੀ, ਉਹਨੂੰ ਲੱਗਦੀ ਜਿਹੜੀ ਵੀਰ ਵੀਰ ਨੂੰ ਫੋਨ, ਵੀਰ ਫਿਰ ਵੀ ਠੰਡੇ ਸੁਭਾਅ ਨਾਲ ਗੱਲ ਸੁਣ ਲੈਂਦਾ ਵਾ। ਚੱਲ ਤੂੰ ਲਾ ਲਾ ਫਿਰ ਫੋਨ ਤੇ ਮੈਂ ਹੁੰਦਾ ਵਾ ਮਾੜੇ ਕੰਮ ਜਾਣਾ ਵਾ। ਠੀਕ ਆ ਤੂੰ ਲਾ ਲਾ ਫੋਨ। ਬੜੇ ਭੋਲੇ ਜੇ ਮੂੰਹ ਨਾਲ ਮੈਨੂੰ ਕਹਿ ਗਿਆ ਸਾਬੀ ਵੀ ਫੋਨ ਲਾ ਵੀਰ ਨੂੰ, ਹੁਣ ਤੇ ਮੈਨੂੰ ਵੀ ਡਰ ਲੱਗਣ ਡਿਆ ਵਾ ਕਿਹੜੇ ਮੂੰਹ ਨਾਲ ਮੈਂ ਫੋਨ ਲਾਵਾਂ ਉਹਨਾਂ ਨੂੰ। ਚੱਲ ਹਿੰਮਤ ਕਰਕੇ ਲਾਉਂਦੀ ਹਾਂ ਫੋਨ ਦੇ ਵਿੱਚ, ਆਉਂਦੀ ਕਿਹੜਾ ਕੁਝ ਕਹਿ ਦੇਣ ਲੱਗਾ ਮੈਨੂੰ ਵੀ। ਮੰਮੀ ਬਹੁਤੀ ਗੱਲ ਆ ਨਾ, ਮਹੀਨੇ ਬਾਅਦ ਸੌਦਾ ਪਾ ਕੇ ਦਿਆ ਕਰਾਂਗੇ, ਕੋਈ 2-4 ਹਜ਼ਾਰ ਰੁਪਇਆ ਦਿਆ ਕਰਾਂਗੇ, ਹਲੇ ਏਡੀ ਖੇਤੀ ਯਕੀਨ ਨਾ ਕਰੋ, ਏਡੀ ਵੱਡੀ ਰਕਮ ਆ, ਫੇਰ ਰਹਿਣੀ ਖਰਾਬ ਕਰ ਤੇ ਕੀ ਫਾਇਦਾ, ਕਿਹਨੂੰ ਤਾਂ ਕੰਮ ਪਾ ਕੇ ਦੇਣੀ ਆ। ਸਾਬੀ ਦੀ ਮੰਮੀ ਗੱਲ ਕਰਨ ਦੀ ਆ, ਮੈਂ ਕਿਹਾ ਵੀ ਰੱਖੜੀ ਆਉਣ ਦੀ ਸੁੱਖ ਨੂੰ ਕੋਈ ਕੱਪੜਾ ਲੀੜਾ ਲੈ ਦੇਈਏ, ਮੰਮੀ ਕਹਿੰਦੀ ਮੇਰਾ ਇਰਾਦਾ ਇਹਨਾਂ ਨੂੰ 2 ਲੱਖ ਰੁਪਇਆ ਦੇ ਦੇਈਏ ਤੇ ਦੁਕਾਨ ਪਾ ਲੈਣ, ਤੇ ਪਾ ਦਿੰਦੇ ਆ। ਮੈਂ ਨਾ ਗੱਲ ਨੂੰ ਚਲਾਈ ਤੇ ਫੇਰ ਫਾਇਦਾ ਕੀ ਆ। 2 ਲੱਖ ਰੁਪਇਆ ਮੂੰਹ ਨਾ ਕਹਿ ਲੈਣਾ, ਅੱਗੇ ਵੀ ਇਹਨਾਂ ਨੂੰ ਦੇ ਦੇ ਵੇਲੇ ਆ, ਇਹਨਾਂ ਨੇ ਕਿਹੜਾ ਕੁਛ ਸਵਾਰਿਆ ਵਾ। ਉਹ ਤੇ ਮੈਂ ਤਾਂ ਤੁਹਾਡੇ ਨਾਲ ਸਲਾਹ ਕਰਨੀ, ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਦੱਸੋ, ਮੈਂ ਉਦਾਂ ਹੀ ਕਰਨਾ ਬਹੁ। ਮੈਂ ਦੀਦੀ ਇਹ ਕਹਿੰਦੀ ਆ ਕੋਈ ਫਾਇਦਾ ਨਹੀਂ ਹੈਗਾ, ਹਜੇ ਥੋੜਾ ਚਿਰ ਵੇਖੀਏ ਹਨਾ। ਨਹੀਂ ਚੱਲ ਮੰਮੀ ਹੁਣ ਜਿੱਦਾਂ ਰੱਖੜੀ ਆਈ ਆ, ਰੱਖੜੀ ਦੇ ਲੀੜੇ ਬਣਾ ਦਿੰਦੇ ਆ, ਹਾਂ ਤੇ ਰੁਪਇਆ ਹੁਣ ਭਾਵੇਂ ਉਹ ਹਜੇ ਕਿਹੜਾ ਉਹਨੇ ਕਿਤੇ ਜਾਣਾ ਵਾ। ਚੱਲ ਜਿੱਦਾਂ ਤੁਹਾਨੂੰ ਠੀਕ ਲੱਗਦਾ ਹਨਾ ਬਣਾ ਲਈ, ਜਿਹੜੇ ਹਿਸਾਬ ਨਾਲ ਆਈ ਆ ਹੁਣ ਕਿਸ ਹਿਸਾਬ ਨਾਲ ਹੀ ਜਾਊਗੀ, ਉਦਣ ਵੀ ਕਿੰਨਾ ਥਲਾਲਾ ਪਿਆ ਸੀ, ਹੁਣ ਇਤਰਾ ਕਿਤਰਾ ਹੁਣ ਚੱਲ ਗੁਆਂਢੀਆਂ ਘਰ ਗਈ ਆ, ਜਦੋਂ ਆਉਂਦੀ ਆ ਨਾ ਉਹਨੂੰ ਨਾਲ ਜਾ ਕੇ ਤੇ ਉਹਦਾ ਸੂਟ ਬਣਾਓ, ਸੱਸ ਮਾਂ ਜਿੱਦਣ ਜਾਊਗੀ ਆਪਣੇ ਪਿੰਡ ਉਧਰ ਬਣਾ ਲਾ। ਚੱਲ ਜਿੱਦਾਂ ਤੁਸੀਂ ਆਉਂਦੀਆਂ ਜੀ ਉਦਾਂ ਹੀ ਕਰ ਲੈਣੇ। ਆਹੋ ਹੋਰ ਫਿਰ ਸਲਾਹ ਬਣਾਈ ਆ ਮੰਮੀ, 2-2 ਲੱਖ ਰੁਪਇਆ ਦੇ ਕੇ ਨੀ ਸਰ ਨਾ, ਹੁਣ ਕਿ ਫੇਰ ਇਹਨਾਂ ਨੇ ਪੱਠਾ ਗੋਲ ਕਰ ਦੇਣਾ। ਉਹ ਤਾਂ ਬੜੀ ਵਾਰੀ ਦਿੱਤੇ, ਬੜੀ ਵਾਰੀ ਕੀਤਾ, ਇਹਨਾਂ ਨੇ ਨੀ ਤੰਦ ਰੇੜੀ ਲੱਗਣ ਦਿੱਤੀ, ਨਹੀਂ ਲੱਗਣ ਦਿੱਤੀ ਤੇ ਜਦੋਂ ਉਹਨੇ ਦੁਕਾਨ ਤੇ ਨਾ ਬਹਿਣ ਨੂੰ ਉਹਦਾ ਜੀ ਕਰੂ ਅੰਦਰ ਤੇ ਉਹ ਬੈਠਾ ਰਹਿੰਦਾ ਵੜਿਆ ਰਹਿੰਦਾ। ਆਹੋ ਫਿਰ ਦੁਕਾਨ ਤੇ ਹੁਣ ਅਸੀਂ ਥੋੜਾ ਬਹਿਣਾ, ਦੁਕਾਨ ਤੇ ਦਿੰਦੇ ਹੀ ਬਹਿਣਾ। ਆਹੋ ਕੰਮ ਕਰੂਗਾ ਤੇ ਫੇਰ ਹੀ ਆ ਨਾ। ਚੱਲ ਕੋਈ ਗੱਲ ਨਹੀਂ, ਪਾ ਕੇ ਦੇ ਦਾਂਗੇ ਸਾਰਾ, ਉਹ ਕਰ ਦਾਂਗੇ ਜੇ ਉੱਥੇ ਬਹਿਣਾ ਨੀ, ਕੋਈ ਸੌਦਾ ਪੱਤਾ ਵੇਚੂਗਾ ਨਾ ਤੇ ਉੱਥੋਂ ਪੈਸੇ ਥੋੜੀ ਸੂਈ ਜਾਣੇ ਦੁਕਾਨ ਚ। ਇਹੋ ਤੇ ਗੱਲ ਹੈ ਵਾ ਰਾਜਵਿੰਦਰ, ਮੈਂ ਕਹਿੰਦੀ ਵੀ ਜੇ ਮਨ ਚ ਹੋਏ ਨਾ ਕੋਈ ਕਰਨ ਨੂੰ, ਲੋਕੀ ਤੇ ਕਿਤੇ ਦਸਾਂ ਦੇ ਆ ਜਿਹੜੇ ਹੁੰਦੇ ਲੇਸ ਕੁਰਕਰੇ, ਇਹੋ ਪਾ ਕੇ ਦੁਕਾਨਾਂ ਤੇ ਬਹਿ ਜਾਂਦੇ ਆ। ਕੋਈ ਕੁਛ ਹੋਵੇ ਤਾਂ ਕੋਈ ਕਾਤ ਹੋਵੇ, ਕੋਈ ਕੁਆਲਿਟੀ ਹੋਵੇ ਕੰਮ ਦੀ, ਫੇਰ ਔਰ ਆਈਡੀਆ ਹੀ ਨਹੀਂ ਕੰਮ ਦਾ ਉਹਨਾਂ ਦੇ, ਨਹੀਂ ਕੰਮ ਦਾ ਹੀ ਆਈਡੀਆ ਨਹੀਂ ਉਹਨਾਂ ਨੂੰ। ਨਹੀਂ ਆ ਸਹੀ ਗੱਲ, ਕੋਈ ਕੰਮ ਨਹੀਂ ਕਰਨਾ, ਬਸ ਵਿਹਲੇ ਸੁੱਤੇ ਰਹਿਣਾ, ਬਸ ਇਹੋ ਹੀ ਆ। ਹੁਣ ਉਹ ਵੀ ਬੜੇ ਚਿਰਾਂ ਦੀ ਗਈ ਆ ਵੀ ਤੂੰ ਆ ਜਾ ਆਣ ਕੇ ਚਾਹ ਪਾਣੀ ਪੀ, ਸ਼ਾਮਾਂ ਪੈਣ ਡਈ ਆ ਉਧਰ, ਕੀ ਕਰਨਾ ਹੁਣ। ਬਿਲਕੁਲ ਆਹੋ ਮੈਂ ਜਾਂਦੀ ਹਾਂ ਬਾਦ ਮਾਰ ਉਹਨੂੰ ਚਾਹ ਪੀ ਦਿੰਦੇ, ਤੇ ਵੀਰ ਕਿੱਥੇ ਆ? ਉਹ ਮੰਮੀ ਬਾਹਰ ਬੈਠੀ ਆ। ਚਾਹ ਦੇ ਕੇ ਆਇਆ ਮੰਮੀ, ਉਹ ਕਹਿੰਦੇ ਮੈਂ ਬਾਹਰ ਆ ਕੇ ਬਹਿਣਾ। ਉਹਨੂੰ ਕਹਿੰਦੇ ਆ ਜਾ ਇੱਥੇ ਅਸੀਂ ਤੇ, ਮੈਂ ਬਥੇਰਾ ਕਿਹਾ ਸੀ ਕਹਿੰਦੇ ਤੁਸੀਂ ਤਾਂ ਅੰਦਰ ਵੜੀਆਂ ਦਿੰਦੀਆਂ ਜੇ ਤੇ ਮੈਂ ਕਿਹੜੀ ਬਾਹਰ ਬਹਿ ਲੈ। ਚੱਲ ਫਿਰ ਕੋਈ ਗੱਲ ਨਹੀਂ, ਚਾਹ ਪੀ ਲਓ, ਮੈਂ ਲਿਆ ਮਹੀਨੇ ਨੂੰ ਬਾਅਦ ਮੰਗ ਕੇ ਚਾਹ ਪੀ ਲਈ। ਠੀਕ ਹੈਲੋ ਵੀਰ, ਮੈਂ ਚਾਚੇ ਘਰ ਨਹੀਂ ਆ। ਮੈਂ ਆਪਣੇ ਘਰ ਚਲ ਗਈ ਆ। ਮੈਂ ਸਾਬੀ ਨਾਲ ਚਲ ਗਈ ਜੀ। ਮੈਂ ਫੋਨ ਕਰਤਾ ਤੇ ਉਹ ਆ ਗਿਆ ਲੈਣ ਤੇ ਮੈਂ ਆ ਗਈ ਫਿਰ।
ਮੰਮੀ ਨੂੰ ਦੱਸ ਦਿਓ ਫਿਰ ਹੁਣ ਤੂੰ ਤੇ ਗੁੱਸੇ ਹੋਣ ਡਿਆ ਦੱਸ ਮੈਂ ਕਿਹੜਾ ਉੱਪਰੇ ਤਾਂ ਆਈ ਆਪਣੇ ਘਰ ਹੀ ਆਈ ਹਾਂ ਸਾਰੇ ਤੇ ਫਿਰ ਮੈਂ ਆ ਗਈ ਮੈਨੂੰ ਇੰਨੀਆਂ ਗੱਲਾਂ ਸੁਣਾਤੀਆਂ ਮੈਨੂੰ ਤੇ ਪਤਾ ਵੀ ਨਹੀਂ ਵੀ ਇੰਨਾ ਗੁੱਸੇ ਹੋਣਾ ਵਾ ਵੀਰ ਨੇ ਜੇ ਵੀਰ ਇੰਨਾ ਭੜਕਣ ਡਿਆ ਵਾ ਤੇ ਮੰਮੀ ਕਿੰਨਾ ਹੋਊਗੀ ਦੁਆਲੇ ਮੇਰੇ ਚੰਗਾ ਰਾਜਵਿੰਦਰ ਬਹੁ ਮੈਂ ਇਹਨੂੰ ਹੁਣ ਲੈ ਕੇ ਆਵਾਂ ਇਹਨੇ ਜਾ ਕੇ ਸਾਰੇ ਭੇਤ ਉੱਥੇ ਖੋਲ ਦੇਣੇ ਵੀ ਉੱਥੇ ਕੀ ਹੋਇਆ ਸਹੁਰਿਆਂ ਦੇ ਘਰ ਤੇ ਕੀ ਨਹੀਂ ਤੇ ਚਾਚੀ ਨੇ ਪੁੱਛੀ ਜਾਣਾ ਇਹਨੂੰ ਹੈ ਜਦੈਣੀਆਂ ਮਿੱਠੇ ਪਿਆਰੇ ਉਹ ਮੈਂ ਸਾਰੇ ਭੇਤ ਲੈ ਕੇ ਇੱਕ ਗੱਲ ਨਹੀਂ ਦੱਸਣੀ ਘਰ ਦੀ ਜਾਓ ਪਹਿਲਾਂ ਜਦੈਣੀਆਂ ਮੈਂ ਲੈ ਕੇ ਆਵਾਂ ਇਹਨੂੰ ਹੁਣ ਤੁਸੀਂ ਛੇਤੀ ਆ ਜਾਓ ਠੀਕ ਹੈ ਕਿੱਥੇ ਚਲੇ ਜੇ ਕੀ ਹੋਇਆ ਤੁਸੀਂ ਹੁਣ ਵਾਲੀ ਮੰਨ ਚੱਲੀਏ ਭਰਾਵਾ ਸੁੱਖ ਨੂੰ ਕਿੱਥੇ ਜਾਓ ਚਾਚੀ ਦੇ ਘਰ ਗਈ ਦਿਨ ਘੰਟੇ ਹੋ ਗਏ ਤੈਨੂੰ ਮੈਂ ਆਖਿਆ ਖੇਰੇ ਸੋਹ ਗਈ ਹੋ ਚਾਚੀ ਘਰ ਕਿੱਥੇ ਆ ਉੱਡ ਗਈ ਬੰਨੀ ਆਪਣੇ ਨਾਲ ਸੁੱਖ ਨੇ ਕੀਤਾ ਆਪ ਕੀ ਜਾਂਦੀ ਹਾਂਜੀ ਵੀ ਮੈਂ ਚੱਲ ਗਈ ਆ ਸਾਡੇ ਘਰ ਬਲਾ ਮੈਂ ਮੰਮੀ ਉਹਨੂੰ ਕਿਹਾ ਤੂੰ ਸਾਡੇ ਨੀ ਮਰ ਗਈ ਅਸੀਂ ਤੇਰੇ ਨੀ ਮਰ ਗਏ ਤੇ ਜੇ ਅੱਜ ਤੋਂ ਬਾਅਦ ਕੁੜੀਆਂ ਕਿਸੇ ਨਾ ਭੋਗ ਪਾਇਆ ਮੇਰੇ ਤੋਂ ਬੁਰਾ ਕੋਈ ਨੀ ਲਿਆਉਣ ਹੁਣ ਫਿਰ ਕੀ ਕਰਨਾ ਭਾਜੀ ਏਦਾਂ ਹੀ ਹੋਣਾ ਨਾ ਆਓ ਤੇ ਨਾ ਜਾਓ ਹੁਣ ਇਹਨੂੰ ਪੱਕੀ ਛੱਡੋ ਨਾਲੇ ਜੁੱਤੀਆਂ ਖਾਓਗੀ ਨਾਲੇ ਇਹਨੂੰ ਪਤਾ ਲੱਗੂਗਾ ਮੈਂ ਕਿਹਾ ਤੇਰਾ ਭਲਾ ਗਿਆ ਹੈ ਕਰਕੇ ਬਜੀ ਰਹੇਗੀ ਛਿੱਤਰਾਂ ਤੂੰ ਨਾ ਖਾਏਗੀ ਛਿੱਤਰ ਉਹਨਾਂ ਕੋ ਪਰ ਤੇਰੇ ਮੈਂ ਕਿਤਾਬੀ ਜਿਹੜੇ ਹੈਗੇ ਨੇ ਲੱਛਣ ਤੇਰੇ ਹੈਗੇ ਛਿੱਤਰਾਂ ਵਾਲੇ ਹੀ ਆ ਧੱਕੇ ਖਾਣੇ ਕੁੜੀ ਨੇ ਕਿਸੇ ਦਿਨ ਨੂੰ ਵੇਖਿਓ ਤੁਸੀਂ ਹੁਣ ਤੁਸੀਂ ਨਾ ਰਹੋ ਚੱਲ ਮੰਮੀ ਤੁਸੀਂ ਜੇ ਕਰਮਾਂ ਦੀ ਛਿੱਤਰ ਤਾਂ ਛਿੱਤਰ ਹੀ ਖਾਣੇ ਆ ਕਿੱਥੋਂ ਰਾਜ ਮਿਲ ਜਾਣਾ ਜੇ ਕਰਮਾਂ 'ਚ ਲਿਖੇ ਛਿੱਤਰਾਂ ਦੇ ਇਹ ਕੰਦਿਲ ਨੇ ਆਪ ਲਿਖ ਲਏ ਆ ਇਹਨੇ ਕਹਿ ਕੇ ਲਾਡਾ ਚਾਵਾਂ ਨਾ ਪਾ ਲਈਏ ਤੇ ਕੋਈ ਬਣਾ ਦਾਂਗੇ ਤੇ ਕੋਈ ਘਰ ਵਸਾ ਦਾਂਗੇ ਪਰ ਇਹਨੇ ਕਰਮਾਂ ਛਿੱਤਰ ਲਿਖਾਉਣੇ ਇਹਨੇ ਕੰਮ ਕਰਾਉਣਾ ਲੋਕਾਂ ਵੇਖੀ ਕੋਣ ਅਸੀਂ ਤੇ ਕੋਈ ਵਰਕ ਨਹੀਂ ਛੱਡਿਆ ਕਿ ਸਾਡਾ ਕੀ ਮੁੱਲ ਹੋਇਆ ਜੇ ਇਹਨੇ ਆਪਣੀ ਮਰਜ਼ੀ ਨਾਲ ਜਾਣਾ ਇਹਦੇ ਉੱਧਰ ਜਾਂਦੀ ਹੁਣ ਬਾਹਰ ਮੂੰਹ ਜੋ ਜੋ ਦਿਨ ਵਾਲੇ ਵੀ ਆਉਂਦਾ ਨਹੀਂ ਕੋਈ ਕਿਸੇ ਦਾ ਤੇ ਹੋਇਆ ਨਹੀਂ ਤੇ ਕੋਈ ਗਿਆ ਨਹੀਂ ਇਹਦੇ ਨੇ ਲਖੱਤੀ ਦੇ ਹੁੰਦਿਆਂ ਸੁਣਿਆ ਸਾਰੇ ਮਰ ਗਏ ਇਹਦੇ ਵਾਸਤੇ ਹੁਣ ਕਦੇ ਅਸਰ ਬਣ ਕੇ ਹੁਣ ਬੈਠੀ ਜਾਵੇ ਅਸੀਂ ਤੇਰੇ ਮਗਰ ਜਾਣਾ ਨਹੀਂ ਬਿਲਕੁਲ ਜਿਹਨੇ ਏਦਾਂ ਕੀਤਾ ਤੇ ਬਹੁਤ ਸੋਹਣਾ ਕੰਮ ਇਹਨੇ ਕੀਤਾ ਵਾ ਇਹਨੇ ਸਾਡੇ ਸਿਰ ਤੇ ਸਵਾਹ ਪਾ ਕੇ ਰਾਤੀ ਬਦਮਾਸ਼ ਨੇ ਬਦਮਾਸ਼ੀਆਂ ਕਰ ਲਈਆਂ ਜੇ ਚਲੋ ਮੰਮੀ ਠੰਡੇ ਹੋ ਜਾਓ ਹੁਣ ਸੱਸ ਬੜੀ ਸਿੱਧੀ ਆ ਵੀ ਕੋਈ ਨੀ ਆ ਜਾ
ਅਗਲੀ ਨੇ ਤਾਂ ਕਹਿਣਾ ਕਿ ਜਿੱਦਣ ਲੈਣ ਗਏ ਉਦਣ ਤੇ ਆਈ ਨਾ ਤੇ ਹੁਣ ਫੇਰ ਖਾਣ ਆਈ ਇੱਥੇ। ਚੱਲ ਦਫ਼ਾ ਕਰੋ ਤੁਸੀਂ ਚੁੱਪ ਕਰੋ ਹੁਣ, ਇਹਨੇ ਤਾਂ ਮੈਨੂੰ ਕਾਹੀ ਜੋਗੀ ਨਹੀਂ ਛੱਡਿਆ ਸੁੱਖ ਤੂੰ ਤੇ ਪੁੱਠੇ ਕੰਮ ਕੀਤੇ ਸਾਰੇ ਤੂੰ ਹੋਣੀ ਹੈ, ਤੂੰ ਤੇ ਜਿੱਦਾਂ ਦੀ ਜੰਮੀ ਆ ਉਦਣ ਦਾ ਹੀ ਖਾ ਲਿਆ, ਅੱਜ ਤੇ ਗੱਲ ਵੱਖਰੀ ਹੈ, ਤੂੰ ਤੇ ਉਦਣ ਦਾ ਹੀ ਖਾ ਲਿਆ, ਤੂੰ ਪੁੱਠੇ ਕੰਮ ਇੱਧਰ ਤੂੰ ਲਾਉਣੀ ਇੱਧਰ ਵੀ ਜੰਮੀ, ਤੂੰ ਮਾਂ ਨੂੰ ਬਰੀ ਕਿਉਂ ਬਣਾਇਆ ਕੁੱਦ ਨਹੀਂ ਹੱਥ ਰਹੀ। ਆਹ ਇਹ ਤਾਂ ਗਲਤੀ ਹੈ, ਜਿੱਦਣ ਆਈ ਉਦਣ ਹੀ ਚਲ ਜਾਂਦੀ, ਕਹਿ ਦਿੰਦੀ ਮੈਨੂੰ ਤੋੜ ਦੋ ਤੇ ਅਸੀਂ ਤੋੜ ਦਿੰਦੇ, ਅਸੀਂ ਕਿਹੜਾ ਕਹਿਣਾ ਸੀ। ਹਾਏ ਨੀ ਇਹਦਾ ਨਾਂ ਤੇ ਦੁੱਖ ਦੁੱਖ ਰੱਖਣਾ ਚਾਹੀਦਾ, ਸੁੱਖ ਕਾਹਨੂੰ ਰੱਖਿਆ। ਚੱਲ ਛੱਡੋ ਪਰ ਐਵੇਂ ਕਾਹਤੋਂ ਖੱਬੀ ਜਾਂਦੇ, ਹੁਣ ਜਾਣ ਵਾਲੀ ਤੇ ਚੱਲ ਗਈ ਆ, ਪਰ ਸਾਨੂੰ ਮਾਰ ਕੇ ਗਈ ਆ ਕਹਿੰਦੀ, ਅਸੀਂ ਇਹ ਜੋਗੇ ਨਹੀਂ ਲੱਗੇ, ਅਸੀਂ ਕਿੱਥੇ ਮੂੰਹ ਖਾਣਾ, ਇਹ ਮਰਦ ਨੇ ਚੱਲ ਕੇ ਚੱਲ ਗਈ, ਕੀ ਗੱਲ ਇਹਨੂੰ ਕਦੋਂ ਆਖੇ ਪਿਆ। ਮੈਂ ਤਾਂ ਸੋਚਿਆ ਹੀ ਨਹੀਂ ਕਿ ਵੀਰ ਮੈਨੂੰ ਫੋਲੂਗਾ ਇੰਨਾ, ਵੀਰ ਤੇ ਅੱਲਾ ਤੁਹਾਡੇ ਲਈ ਮਰ ਗਈ ਆ। ਸੁੱਖ ਪੁੱਤ ਕੀ ਹੋਇਆ, ਤੂੰ ਕਿਉਂ ਰੋਣ ਡਈ ਆ ਹੈਂ। ਮੰਮੀ ਮੈਂ ਸਾਬੀ ਦੇ ਕਹਿ ਦਿੱਤੇ ਨਾ ਰਣਬੀਰ ਵੀਰ ਨੂੰ ਫੋਨ ਲਾਇਆ, ਮੈਨੂੰ ਬੜਾ ਹੀ ਬੋਲਿਆ, ਕਹਿੰਦਾ ਅੱਜ ਤੋਂ ਬਾਅਦ ਮਰ ਗਈ ਆ ਤੁਹਾਡੇ ਵਾਸਤੇ। ਪੁੱਤ ਐਵੇਂ ਮਰ ਗਈ ਆ ਤੂੰ, ਚੰਗੀ ਭਲੀ ਤਾਂ ਤੂੰ ਹੈਗੀ ਆ, ਉਹਨੂੰ ਕਿਸ ਤਰ੍ਹਾਂ ਨੀ ਕਹੀ ਜਾਂਦਾ ਸੁਖੀ ਸਾਂਦੀ। ਫਿਰ ਕੀ ਤੂੰ ਆਪਣੇ ਘਰ ਨਹੀਂ, ਤੂੰ ਕਿਹੜੇ ਬਗਾਨੇ ਘਰ ਗਈ ਆ ਕਿਤੇ ਹੈਂ, ਤੈਨੂੰ ਉਹਨਾਂ ਦੇ ਵਿਆਹਿਆ ਵਾ, ਕਹਿੰਦੇ ਇੱਥੇ ਜਾਣਾ ਮਰਨਾ, ਇੱਥੇ ਨਾ ਹੀ ਆਉਂਦੀ ਫਿਰ ਤੇ ਲੈ ਤਾਂ ਓਦਾਂ ਵੀ ਤੂੰ ਉਹਨਾਂ ਨੇ ਇੱਥੇ ਹੀ ਘਲਾਉਣੀ, ਤੇ ਪੁੱਤ ਫਿਰ ਕੀ ਤੂੰ ਆ ਗਈ ਆ ਤੇ ਕਹਿੰਦੇ ਅੱਜ ਤੋਂ ਬਾਅਦ ਬੜੀ ਨਾ ਇੱਥੇ ਰਵੀ। ਹੁਣ ਕੁਛ ਨੀ ਹੁੰਦਾ, ਇਸ ਤਰ੍ਹਾਂ ਹੀ ਆ, ਘੜੀ ਪਲ ਦਾ ਗੁੱਸਾ ਹੁੰਦਾ, ਪੁੱਤ ਉਹਨਾਂ ਨੂੰ ਦੱਸ ਕੇ ਨੀ ਤੂੰ ਆਈ ਤੇ ਘੜੀ ਪਲ ਏਦਾਂ ਹੀ ਉਹਨਾਂ ਗੁੱਸਾ ਕਰਨਾ ਵਾ। ਉਦਣ ਵੇਲੇ ਸਾਨੂੰ ਇੰਨੀਆਂ ਗੱਲਾਂ ਕੀਤੀਆਂ, ਆਪਾਂ ਤਾਂ ਦਿਲ ਚ ਉਦਣ ਹੀ ਕੱਢ ਆਏ, ਉੱਥੇ ਹੀ ਛੱਡ ਆਏ ਆ, ਆ ਤਾਂ ਕੋਈ ਗੁੱਸਾ ਨੀ ਕੀਤਾ, ਤੇ ਪੁੱਤ ਤੂੰ ਵੀ ਨਾ ਗੁੱਸਾ ਕਰ ਇੰਨਾ। ਮੰਮੀ ਮੈਂ ਗੁੱਸਾ ਤਾਂ ਨਹੀਂ ਕੀਤਾ, ਪਰ ਮੇਰੇ ਦਿਲ ਤੇ ਲੱਗ ਗਈਆਂ ਨਾ ਗੱਲਾਂ। ਤੂੰ ਇੰਨੀਆਂ ਦਿਲ ਤੇ ਨਾ ਲਾ ਪੁੱਤ, ਦਿਲ ਤੇ ਲਾਇਆ ਕੰਮ ਸਰਦਾ ਨਹੀਂ ਆ, ਕੋਈ ਗੱਲ ਨੀ ਤੂੰ ਖੁਸ਼ ਰਹਿ, ਨਾਲੇ ਹੋਰ ਦਸਾਂ ਦਿਨਾਂ ਤੂੰ ਰੱਖੜੀ ਆ, ਵੇਖੀ ਉਹਨਾਂ ਨੂੰ ਭੱਜੀ ਆਉਣਾ ਤੈਨੂੰ, ਉੱਥੇ ਕਹਿੰਦੇ ਤੂੰ ਦਸ ਬਾਰਾਂ ਭੈਣਾਂ ਵਾ ਜਿਹਨਾਂ ਨੂੰ ਉਹਨਾਂ ਨੂੰ ਮਿਲਣਾ, ਕੱਲੀ ਕੱਲੀ ਤਾਂ ਤੂੰ ਹੈਗੀ ਆ। ਮੰਮੀ ਜਿਹੜਾ ਕਹਿਣ ਡਿਆ ਵੀ ਲਾਡਾ ਜੀ ਮਰ ਗਈ, ਉਹਨੇ ਤੇ ਅੱਜ ਤੱਕ ਮੈਨੂੰ ਕਦੀ ਵੀ ਨਹੀਂ ਕਿਹਾ ਇੱਦਾਂ। ਉਹ ਏਦਾਂ ਹੀ ਆ, ਗੁੱਸੇ ਗਿੱਲੇ ਹੁੰਦੇ ਭੈਣ ਭਰਾਵਾਂ ਦੇ, ਕੋਈ ਗੱਲ ਨੀ, ਏਦਾਂ ਹੀ ਸਾਰੇ ਭੈਣ ਭਰਾ ਗੁੱਸੇ ਗਿੱਲਾ ਕਰਦਾ ਹੁੰਦਾ ਵਾ, ਤੇ ਕੋਈ ਨੀ ਤੂੰ ਇੰਨੀ ਟੈਨਸ਼ਨ ਨਾ ਲੈ ਹੈਗੀ। ਤੇ ਜੇ ਮੰਮੀ ਮੇਰੇ ਕੋਲ ਸੱਚੀ ਨਾ ਆਏ ਤੇ ਫਿਰ ਆਉਣਗੇ? ਆਉਣਗੇ ਕਿਉਂ ਨਾ ਆਉਣਗੇ, ਨਾ ਵੇਖੀ ਉੱਡੇ ਹੀ ਆਉਂਦੇ। ਜਦੋਂ ਮੰਮੀ ਨੂੰ ਇੰਨੇ ਗੁੱਸੇ ਚ ਬੋਲਿਆ, ਉਹਨਾਂ ਨੇ ਕਿੱਥੋਂ ਆਉਣਾ ਮੇਰੇ ਕੋਲ। ਉਦਣ ਵੀ ਨਾ ਰਘਬੀਰ ਕਿੰਨਾ ਭੁੜਕਦਾ ਸੀ, ਉਦਣ ਵੀ ਸਾਰੀ ਗੱਲ ਰਘਬੀਰ ਨੇ ਚੁੱਕੀ ਸੀ, ਸਰਪੰਚ ਸੱਦ ਕੇ ਲਿਆਂਦਾ, ਕਈ ਸਾਫੀ ਨੂੰ ਗੱਲਾਂ ਕੀਤੀਆਂ, ਨਾਲੇ ਜਵਾਈ ਭਾਈ ਮਿਲੀਆਂ, ਬਹੁਤ ਗੱਲਾਂ ਨੀ ਕਰੀ ਦੀਆਂ ਹੁੰਦੀਆਂ, ਪਰ ਉਹਨੇ ਤੇ ਕੁਹਾਦੀ ਕਰ ਸੁਣੀ, ਤੇ ਮੰਮੀ ਤੇਰੀ ਭਾਵੇਂ ਥੋੜਾ ਬੋਲਦੀ, ਉਹਨੇ ਸਾਰ ਜ਼ਿਆਦਾ ਹੀ ਭੜਕਾਇਆ ਸੀ ਉਦਣ ਵੀ। ਹੁਣ ਵੀ ਮੰਮੀ ਵੀਰ ਹੀ ਬੋਲਿਆ, ਮੈਂ ਕਿਹਾ ਮੰਮੀ ਨੂੰ ਦੱਸਦੀ, ਪਰ ਉਹਨੇ ਅੱਗੋਂ ਹੂੰ ਹਾਂ ਨਾ ਕੁਛ ਵੀ ਨੀ ਕਿਹਾ, ਮੈਨੂੰ ਫੋਨ ਕੱਟਤਾ ਅੱਗੋਂ। ਕੋਈ ਗੱਲ ਨੀ, ਕਰ ਲੈਂਦੇ ਗੁੱਸਾ, ਦੋ ਚਾਰ ਦਿਨ ਗੁੱਸਾ ਨਾ, ਵੇਖੀ ਉਹਨਾਂ ਦਾ ਗੁੱਸਾ ਸਾਰਾ ਮਿਟ ਜਾਣਾ ਵਾ। ਚੱਲ ਤੂੰ ਉੱਠ ਮੇਰਾ ਪੁੱਤ, ਕੋਈ ਚੌਂਕੇ ਚੁੰਕੇ ਵੱਲ ਵੇਖ। ਮੰਮੀ ਤਾਂ ਮੈਂ ਗਲਤੀ ਤਾਂ ਨਹੀਂ ਕੀਤੀ, ਜਿਹੜਾ ਮੰਮੀ ਨੇ ਦੱਸ ਕੇ ਨਹੀਂ ਆਈ। ਆਹ ਤੂੰ ਗਲਤੀ ਕਿਹੜੀ ਕੀਤੀ ਪੁੱਤ, ਉਧਰ ਵੀ ਜੇ ਪੰਚਾਇਤ ਉਹ ਪੰਚਾਇਤੀ ਹੁੰਦੇ ਤਾਂ ਵੀ ਤੂੰ ਇੱਥੇ ਹੀ ਆਉਣਾ ਸੀ। ਮੰਮੀ ਕਿਤੇ ਮੈਂ ਗਲਤੀ ਤਾਂ ਨਹੀਂ ਕਰਤੀ, ਏਦਾਂ ਬਿਨਾਂ ਦੱਸੇ ਮੰਮੀ ਇਹਨਾਂ ਨੂੰ ਆ ਗਈ ਆ। ਪੁੱਤ ਤੂੰ ਗਲਤੀ ਤਾਂ ਨਹੀਂ ਕੋਈ ਵੀ ਕੀਤੀ ਹੈਗੀ, ਉਹ ਗਲਤੀ ਸਮਝਦੇ ਤੇ ਸਮਝਦੇ ਰਹਿਣ। ਪੁੱਤ ਜੇ ਆਪਾਂ ਪੰਚਾਇਤ ਫੜਦੇ ਉਧਰੋਂ ਤੁਹਾਡੀ 10 ਬੰਦੇ ਇਕੱਠੇ ਹੋਏ ਦੇ ਕਿੰਨੇ ਬੁਰੇ ਲੱਗਣਾ, ਤੇ ਫਿਰ ਆਖਰੀ ਦੀ ਬਾਕੀ ਇੱਥੇ ਆਉਣਾ ਸੀ, ਆਪਣੇ ਘਰ ਆਉਣਾ ਸੀ ਤੂੰ। ਸਹੀ ਗੱਲ, ਆਉਣਾ ਤੇ ਇੱਥੇ ਪੈਣਾ ਸੀ, ਮੁੜ ਕੇ ਐਵੇਂ ਹੈਣਾ ਇੱਕ ਦੂਜੇ ਵਿੱਚ ਦਿਲ ਚ ਮਨ ਮਟਾਵ ਰੱਖਣਾ ਸੀ ਇੱਕ ਦੂਜੇ ਵਾਸਤੇ। ਪਰ ਉਹ ਫਿਰ ਮੁੜ ਕੇ ਕਹਿੰਦੇ ਦਿਲ ਨੀ ਮਿਲਦੇ ਹੁੰਦੇ, ਬੋਲ ਕਬੋਲ ਹੋ ਜਾਏ ਨਾ ਦਿਲ ਨੀ ਮਿਲਦੇ, ਫਿਰ ਬੰਦਾ ਪਿੱਛੇ ਪਿੱਛੇ ਹੀ ਰਹਿੰਦਾ। ਸਾਬੀ ਤੇ ਕਿੰਨਿਆਂ ਦਿਨਾਂ ਦਾ ਆਖਣ ਡਿਆ ਸੀ ਸਰਪੰਚ ਨੂੰ ਵੀ ਆਖਿਆ ਚਾਚੇ ਤੇਰੇ ਨੂੰ, ਤੇ ਉਹ ਤੇ ਆਖਣਾ ਚਲੋ ਕੁੜੀ ਨੂੰ ਲੈ ਆਈਏ, ਕੁੜੀ ਨੂੰ ਲੈ ਗਏ ਤੇ ਆਪ ਸਾਬੀ ਆ ਨਾ ਦੋ ਚਾਰ ਦਿਨ ਖਲੋ ਲੈਂਦੇ ਨਾਲੇ ਉਹਨਾਂ ਦੇ ਮਾਂ ਉੱਤਰ ਲੈਣ ਦੇ। ਚਲੋ ਕੋਈ ਨੀ ਮੰਮੀ, ਆਪੇ ਮੈਨੂੰ ਤਾਂ ਤੁਹਾਡੀ ਗੱਲ ਸਹੀ ਆ, ਵੀ ਕੀ ਕਹਾਂ ਮੰਮੀ, ਮੈਂ ਵੀਰ ਨੇ ਸਹੀ ਹੋ ਜਾਣਾ ਕਿ ਨਹੀਂ, ਹੁਣ
ਮੈਨੂੰ ਨੀ ਜੇ ਪਤਾ ਹੋਊਗਾ ਸਹੀ ਆਪੇ ਦਸ ਦੇ ਨਾ ਉਹ ਮਹੀਨਾ ਨਾ ਕਿੰਨੇ ਕਿਤੇ ਨਾ ਆਉਣਗੇ ਸਵੇਰ ਦੀ ਗਈ ਹੁਣ ਹਜੇ ਤੱਕ ਨੀ ਆਈ ਹੈਗੀ ਤੋ ਭਾਜੀ ਨੂੰ ਕਿਤੇ ਫੋਨ ਆਇਆ ਤੇ ਮੰਮੀ ਤੇ ਕਹਿਣ ਡੀ ਮੈਂ ਚਾਹ ਪੀ ਕੇ ਵੇਖਣ ਚੱਲੀ ਆ ਮੰਮੀ ਵੇਖਣ ਹੀ ਚੱਲੀ ਗਈ ਤੇ ਭਾਜੀ ਖਪੇ ਤਾਂ ਪਿਆ ਏ ਭਾਜੀ ਨੂੰ ਉੱਥੇ ਜਾ ਕੇ ਫੋਨ ਕੀਤਾ ਕਿ ਮੈਂ ਸਾਬੀ ਨਾਲ ਚੱਲ ਗਈ ਆ ਹਾਏ ਰੱਬਾ ਕੁੜੀ ਨੇ ਤੇ ਜਲੂਸ ਹੀ ਕੱਢ ਛੱਡਿਆ ਸੱਚੀ ਹੁਣ ਮੰਮੀ ਵੀ ਖਪਣ ਡੀ ਹੋਣੀ ਮੰਮੀ ਤਾਂ ਰੋਂਦੀ ਆ ਕਿ ਵਿਚਾਰੀ ਹੁਣ ਭਾਜੀ ਤੇਰਾ ਗੁੱਸੇ ਚ ਤੇ ਨੀਗਾ ਭਾਜੀ ਗੁੱਸੇ ਚ ਬਾਹਰ ਗਏ ਆ ਤੇ ਮੈਂ ਕਿਹਾ ਦੇਖਾਂ ਦੀਦੀ ਨੂੰ ਆਈ ਨੀ ਹੈਗੀ ਮੈਂ ਇੰਨਾ ਰੋਲਾ ਪਾ ਤੁਸੀਂ ਇੱਕ ਵੀ ਨੀ ਸੁਣੀ ਹਾਏ ਹਾਏ ਮੈਂ ਜਾ ਫੜਾ ਕੇ ਜਦੋਂ ਭਾਂਡੇ ਦੋ ਮਾਂ ਕਿ ਮੈਂ ਇੱਧਰ ਆ ਗਈ ਮੈਂ ਚੱਲ ਮਾਸਾ ਕਿ ਹਵਾ ਭੱਖਦੀ ਆ ਬਾਹਰ ਦੀ ਹਵਾ ਭੱਖੀ ਗਈ ਹੈ ਕਿ ਆ ਜਾਓ ਹੁਣ ਹਾਏ ਹਵਾ ਹੀ ਭੱਖੀਆਂ ਜਾਓ ਮੇਰੀ ਗੱਲ ਸੁਣ ਰਾਜਿੰਦਰ ਪਰ ਵੇਲਾ ਹੀ ਮਾਸਾ ਸ਼ਰਮ ਨੀ ਆਈ ਜੇ ਬਦਮਾਸ਼ੇ ਤੂੰ ਜਾਣਾ ਵਾ ਤਾਂ ਇੱਥੋਂ ਜਾ ਮਾਂ ਪਿਓ ਨੂੰ ਤੂੰ ਕਹਿ ਆਪੇ ਘਲਾਉਂਦੇ ਆ ਨਾ ਤੇਰਾ ਵੀਰ ਤੈਨੂੰ ਘਲਾਉਂਦਾ ਹੀ ਨਾ ਉਹੀ ਤੇ ਭਾਜੀ ਕਹਿੰਦੇ ਕਿ ਨਾ ਇਹ ਜਾਣਾ ਹੀ ਤੋਰ ਦਿੰਦਾ ਦੀ ਅਸੀਂ ਤੋਰ ਦਿੰਦੇ ਜਦੋਂ ਭਾਜੀ ਨੂੰ ਉਦਾਂ ਇੰਨੀ ਗੱਲ ਗਈ ਮੈਂ ਤਾਂ ਪੈਰਾਂ ਥੱਲੇ ਜ਼ਮੀਨ ਹੀ ਖਿਸਕ ਗਈ ਹਾਂ ਇੱਕ ਰੰਗ ਜਾਵੇ ਤੇ ਜਦੋਂ ਤੂੰ ਕਿਹਾ ਨਿਕਲ ਗਈ ਤੇ ਮੈਂ ਕਿ ਹੋਰ ਨਾ ਕੰਜਰੀ ਨਿਕਲ ਗਈ ਜੇ ਸਵੇਰ ਦਿਨ ਬੜੀ ਨੀ ਘਰ ਹੋਰ ਨਾ ਕਿੰਨਾ ਜਾਣੇ ਉਹਨੇ ਚਲ ਗਈ ਆ ਫੇਰ ਉੱਥੇ ਭੁੱਖ ਨੂੰ ਧੱਕੇ ਦਊਗੀ ਜਾ ਕੇ ਦੀਦੀ ਤੁਹਾਡੇ ਸਾਹਮਣੇ ਹਜੇ ਮੰਮੀ ਕਹਿਣ ਦੀ ਸੀ ਮੈਨੂੰ ਪੈਸੇ ਦੇ ਕੇ ਤੇ ਦੁਕਾਨ ਪਾ ਦਿੰਦੇ ਆ ਤੇ ਕਿੰਨਾ ਮੰਮੀ ਸੋਚਣ ਦੀ ਸੀ ਉਹ ਤੇ ਮੈਂ ਕਹਿੰਦੀ ਵੀ 2 ਲੱਖ ਰੁਪਇਆ ਦੇਣ ਨੂੰ ਤਿਆਰ ਹੋਈ ਤੇ ਉਹ ਪਹਿਲਾਂ ਹੀ ਉੱਡ ਗਈ ਉਹਦੇ ਨਾਲ ਉਹ ਤੋਂ ਭੁੱਖ ਨੂੰ ਧੱਕੇ ਮਾਰੂਗੀ ਨਾ ਨਾਲੇ ਭਾਜੀ ਨੇ ਇੰਨੀ ਗੱਲ ਕਹਿਤੀ ਆ ਵੀ ਨਾ ਕੁੜੀ ਦਾ ਇਸ ਘਰ ਵਿੱਚ ਨਾਮ ਲੈਣਾ ਵਾ ਨਾ ਇਹਦੇ ਵੜਨਾ ਵਾ ਇਹ ਸਾਡੇ ਲਈ ਮਰ ਗਈ ਤੇ ਅਸੀਂ ਇਹਦੇ ਲਈ ਮਰ ਗਏ ਹਾਂ ਹੁਣ ਤੇ ਪੱਕੀ ਛੁੱਟ ਗਈ ਆ ਹਾਏ ਛੁੱਟ ਕਿੱਥੋਂ ਗਈ ਆ ਜਿੰਨਾ ਮਰਜ਼ੀ ਹੁਣ ਰੋਣਾ ਧੋਣਾ ਪਿਆ ਵਾ ਨਾ ਤੇ ਮੰਮੀ ਸਾਡੀ ਨੇ ਫੇਰ ਚੱਲ ਜਾਣਾ ਹੈ ਤੇ ਉਹਦੀ ਧੀ ਆ ਨਾ ਆਸਾਮਾ ਕਿ ਰੁਕ ਜਾ ਮੰਮੀ ਸਾਡੀ ਨੇ ਫੇਰ ਉੱਧਰ ਨੂੰ ਖਿੱਚ ਪਾਉਣੀ ਆ ਪਰ ਇਸ ਵਾਰ ਭਾਜੀ ਨੇ ਨੀ ਹਾਮੀ ਭਾਨੀ ਮੈਂ ਕਹਿੰਦੀ ਜਿੱਦਾਂ ਇੱਦਾਂ ਗਈ ਆ ਨਾ ਅਸਰਾਲ ਇੱਕ ਜਾਣ ਸਾਡੀ ਵੀ ਸੌਖੀ ਰਹੂਗੀ ਨਹੀਂ ਤੇ ਤੀਜੇ ਕਿਤੇ ਆਈ ਰਹਿੰਦੀ ਤੀਜੇ ਕਿਤੇ ਆਈ ਰਹਿੰਦੀ ਨਾ ਤੇਰੀ ਜਾਣ ਹੀ ਔਖੀ ਕਰਦੀ ਹੁਣ ਜੁੱਤੀਆਂ ਖਾਊਗੀ ਜੋ ਵੀ ਕਰੂਗੀ ਰਹੂਗੀ ਤੇ ਉੱਥੇ ਹੀ ਨਾ ਹਾਂਜੀ ਲੱਗੇ ਦਫਾ ਹੋਏ ਫਿਰ ਹੁਣ ਹੈ ਤੇ ਸਹੀ ਹੈ ਦੁੱਖ ਹੁਣ ਫਿਰ ਮੈਂ ਅਸੀਂ ਕੀ ਕਰੀਏ ਹੁਣ ਪਰ ਗੁੱਸਾ ਤੇ ਇਸ ਗੱਲ ਦਾ ਹੁੰਦਾ ਵਾ ਤੂੰ ਤਾਈ ਕੇ ਘਰ ਦਾ ਬਹਾਨਾ ਲਾ ਗਈ ਆ ਉਹਨਾਂ ਦੇ ਘਰੋਂ ਗਈ ਆ ਅਗਲੇ ਸਾਨੂੰ ਕੀ ਕਹਿਣਗੇ ਹੁਣ ਆਹੋ ਹੁਣ ਉਹਨਾਂ ਨੇ ਵੇਖੀ ਕਿੰਨੀਆਂ ਗੱਲਾਂ ਬਣਾਇਆ ਕਰਨੀਆਂ ਵਾ ਉਹਨਾਂ ਦੀ ਸਗੋਂ ਚੜ ਮੱਚ ਜਾਣੀ ਆ ਅੱਗੇ ਅਸੀਂ ਉਹਨਾਂ ਨੂੰ ਗੱਲਾਂ ਕਰਦੇ ਹੁੰਦੇ ਸੀ ਹੁਣ ਉਹ ਸਾਨੂੰ ਕਰਿਆ ਕਰਨਗੇ ਨਾ ਇਹ ਕੁੜੀ ਉਹਦਾ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡੀ ਗਈ ਆ ਜਾਓ ਮੰਮੀ ਨੂੰ ਪੁੱਛ ਲਓ ਰੋਂਦੀ ਬੈਠੀ ਉੱਥੋਂ ਮੈਂ ਕੀ ਕਹਾਂ ਹੁਣ ਸੜੇ ਤੇ ਮੂੰਹ ਪਾ ਮਾੜਾ ਚੰਗਾ ਤੇ ਹੌਸਲਾ ਦਊਂਗੀ ਆ ਜਾਓ